ਡਿਫਰੈਂਸ ਕ੍ਰੀਏਟ ਕਰਤਾ ਤਾਂ ਕਿ ਇੱਕ ਦੂਜੇ ਨੂੰ ਕੱਚ ਨਾ ਕੀਤਾ ਜਾ ਸਕੇ। ਸੰਗਤ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਵੀ ਕਰੋ, ਪਰ ਅੰਦਰ ਜਾਣ ਤੋਂ ਪਹਿਲਾਂ ਆਪਣੇ ਜਿਹੜੇ ਹੱਥ ਨੇ ਉਹ ਚੰਗੀ ਤਰ੍ਹਾਂ ਸਾਬਣ ਦੇ ਨਾਲ ਸੈਨੇਟਾਈਜ਼ਰ ਦੇ ਨਾਲ ਧੋ ਕੇ ਜਾਣ, ਇੱਕ ਦੂਜੇ ਨੂੰ ਹੱਥ ਨਾ ਮਿਲਾਇਆ ਜਾਵੇ ਫਤਿਹ ਬੁਲਾਈ ਜਾਵੇ ਮਿਲਣ ਸਮੇਂ, ਅਤੇ ਇੱਕ ਥੋੜ੍ਹੀ ਜਿਹੀ ਵਿੱਥ ਬਣਾ ਕੇ ਚੱਲਿਆ ਜਾਵੇ ਤਾਂ ਕਿ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ। ਜੇ ਕੋਈ ਇੱਦਾਂ ਦੀ ਪ੍ਰੋਬਲਮ ਕ੍ਰੀਏਟ ਹੁੰਦੀ ਆ, ਸਾਡੇ ਇੱਥੇ ਮੈਡੀਕਲ ਟੀਮਾਂ ਵੀ ਆ ਰਹੀਆਂ ਨੇ, ਉਹ ਟੈਸਟ ਕਰਨਗੀਆਂ, ਅਤੇ ਫਿਰ ਜੇ ਕੋਈ ਸ਼ੱਕੀ ਮਰੀਜ਼ ਆਉਂਦਾ ਵਾ ਉਹਦੇ ਵਾਸਤੇ ਐਂਬੂਲੈਂਸ ਦਾ ਵੀ ਪ੍ਰਬੰਧ ਕਰਤਾ ਗਿਆ ਤਾਂ ਕਿ ਦੂਜਿਆਂ ਦੇ ਨਾਲ ਆਈਸੋਲੇਸ਼ਨ ਵਾਰਡ ਜਿਹੜੀ ਆ ਉਹ ਅਸੀਂ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ ਵੀ ਬਣਾਈ ਆ, ਆਈ ਸੀ ਯੂ ਯੂਨਿਟ ਵੀ ਵੱਖਰਾ ਬਣਾ ਦਿੱਤਾ ਵਾ, ਪਰ ਗੁਰੂ ਰਾਮਦਾਸ ਕਿਰਪਾ ਕਰੇ ਅਸੀਂ ਪ੍ਰੋਬਲਮ ਆਏਗੀ ਨਹੀਂ। ਪਰ ਇਤਿਹਾਸ ਦੇ ਤੌਰ 'ਤੇ ਕਿਉਂਕਿ ਵਿਸ਼ਵ ਪੱਧਰ 'ਚ ਬਹੁਤ ਚੇਤਨਤਾ ਦੇ ਪ੍ਰਤੀ ਫੈਲਾਈ ਜਾ ਰਹੀ ਆ, ਪੈਨਿਕ ਵੀ ਬਹੁਤ ਜ਼ਿਆਦਾ ਵਾ, ਇਸ ਕਰਕੇ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਆ ਕਿ ਅਸੀਂ ਕਿਸੇ ਤਰ੍ਹਾਂ ਵੀ ਇਸ ਪ੍ਰੋਬਲਮ ਦਾ ਕਾਰਨ ਨਾ ਬਣ ਸਕੀਏ। ਬਾਏ ਚੱਲਦਾ।